ਹਾਂਜੀ ਵੀ ਦੋਸਤੋ, ਤੁਸੀਂ ਦੇਖ ਰਹੇ ਹੋ ਦਿਆ ਕਿਰਨ ਵਲੌਗਸ, ਤੇ ਇਸ ਟਾਈਮ ਮੈਂ ਹੈਗਾ ਲੁਧਿਆਣੇ, ਤੇ ਇੱਥੇ ਇੱਕ ਸ਼ੌਪ ਆ ਜਿਹਨਾਂ ਕੋਲ ਤੁਸੀਂ ਕੈਮਰੇ ਲੈ ਸਕਦੇ ਹੋ ਅਤੇ ਲਵਾ ਵੀ ਸਕਦੇ ਹੋ, ਦੋਵੇਂ ਚੀਜ਼ਾਂ ਨੂੰ ਡੀਲ ਕਰਦੇ ਨੇ ਇਹ ਬਹੁਤ ਜੈਨੂਇਨ ਰੇਟਸ ਦੇ ਉੱਤੇ, ਅਤੇ ਇਹਨਾਂ ਕੋਲ ਹਰੇਕ ਤਰ੍ਹਾਂ ਦੇ ਕੈਮਰੇ ਅਵੇਲੇਬਲਸ ਨੇ ਇੱਥੇ, ਅਤੇ ਮੈਂ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਵੀ ਇਹਨਾਂ ਕੋਲ ਲੈ ਕੇ ਦਿੰਦਾ, ਅਤੇ ਕੀ ਰੇਟ ਨੇ ਉਹ ਤਾਂ ਹੁਣ ਮੈਨੂੰ ਪਤਾ ਨਹੀਂ ਵੀ ਇਹਨਾਂ ਨੂੰ ਕਿਵੇਂ ਦੱਸਦੇ ਨੇ ਕਿ ਨਹੀਂ ਦੱਸਦੇ, ਬਾਕੀ ਇਹਨਾਂ ਕੋਲ ਹਰੇਕ ਤਰ੍ਹਾਂ ਦੇ ਇੱਥੇ ਕੈਮਰੇ ਅਵੇਲੇਬਲ ਨੇ, ਅਤੇ ਉਹਦੇ ਰਿਲੇਟਿਡ ਵੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਅੱਜ। ਇਹ ਸਰ ਨੇ ਇਹਨਾਂ ਦੀ ਸ਼ੋਪ ਆ, ਅਤੇ ਇਹਨਾਂ ਕੋਲ ਸਰ ਤੁਸੀਂ ਪਹਿਲਾਂ ਆਪਣਾ ਨਾਮ ਦੱਸ ਦਿਓ। ਸਰ ਮੇਰਾ ਨਾਮ ਰਜਨੀਸ਼ ਘਈ ਹੈ। ਠੀਕ ਹੈ ਸਰ, ਤੁਸੀਂ ਕੈਮਰਿਆਂ ਨੂੰ ਡੀਲ ਕਰਦੇ ਹੋ ਸਾਰਿਆਂ ਨੂੰ? ਸਰ ਮੇਰੇ ਕੋਲ ਸਾਰੇ ਹਰ ਤਰ੍ਹਾਂ ਦੇ ਕੈਮਰੇ ਹੁੰਦੇ ਆ, ਮਲਟੀ, ਚਾਹੇ ਸੀਸੀਟੀਵੀ ਹਿਕ ਵਿਜ਼ਨ ਆ, ਚਾਹੇ ਸੀਟੀ ਪਲੱਸ ਆ, ਚਾਹੇ ਦਊ ਆ, ਚਾਹੇ ਗੋਬਲਰ ਆ, ਐਵਰੀ ਬ੍ਰਾਂਡ। ਠੀਕ ਹੈ, ਐਵਰੀ ਬ੍ਰਾਂਡ ਦਾ ਨਾਮ ਮਿਲ ਜਾਣਗੇ ਤੁਹਾਨੂੰ। ਅਤੇ ਸਰ ਇਹ ਕਿੰਨੀ ਕੁ ਰੇਂਜ ਦਾ ਸਿਸਟਮ? 2000 ਤੋਂ ਕੈਮਰਾ ਸਟਾਰਟ ਹੋ ਜਾਂਦਾ। ਠੀਕ ਹੈ ਜੀ, 2000 ਤੋਂ ਕੈਮਰਾ ਸਟਾਰਟ ਹੋ ਜਾਂਦਾ। ਜੇ 4 ਕੈਮਰੇ ਦੇ ਪ੍ਰੋਜੈਕਟ ਬਣਾਵਾਂਗੇ, 4 ਕੈਮਰੇ ਪਲੱਸ DVR ਪਲੱਸ ਵਾਇਰ ਪਲੱਸ ਹਾਰਡ ਡਿਸਕ ਵਿੱਚ ਬੰਦੇ ਦੀ ਲੜਕੇ ਦੀ ਇੰਸਟਾਲੇਸ਼ਨ, ਤਾਂ ਇੱਕ ਤੋਂ 4 ਕੈਮਰੇ ਤੁਹਾਨੂੰ ਪੈ ਜਾਂਦਾ 17000 ਦਾ ਖਰਚਾ, ਇੱਕ ਸੈਟਅਪ 4 ਕੈਮਰੇ ਦਾ ਸੈਟ। 4 ਕੈਮਰੇ ਸਰ। ਅਤੇ ਸਰ ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਦਾ ਪੈ ਜਾਂਦਾ, ਤਾਂ ਇਹ ਮਤਲਬ ਇੱਕ ਹੁੰਦਾ ਕਿੱਦਾਂ ਵਾਈਫਾਈ ਕੈਮਰੇ ਵੀ ਜਿਵੇਂ ਸੁਣਨ ਚਾਹੁੰਦੇ ਆ, ਵਾਈਫਾਈ ਵੀ ਹੁੰਦੇ ਸਰ? ਠੀਕ, ਉਹ ਵੀ ਆਉਂਦਾ ਸਿਸਟਮ ਜਿਹੜਾ ਕਿ ਤੁਹਾਡੇ ਫੋਨ 'ਤੇ ਵੀ ਕਨੈਕਟ ਹੋ ਜਾਂਦੇ, ਔਨਲਾਈਨ ਸਿਸਟਮ ਇਹਦੇ ਵਿੱਚ ਵੀ ਹੋ ਜਾਂਦੇ ਸਰ, ਤੁਸੀਂ ਆਲ ਓਵਰ ਵਰਲਡ ਜਿੱਥੇ ਮਰਜ਼ੀ ਬਹਿ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਬਸ ਤੁਹਾਡੇ ਵਾਈਫਾਈ ਹੋਣਾ ਜ਼ਰੂਰੀ ਹੈ ਇੱਥੇ। ਠੀਕ ਹੈ, ਡੀਵੀਆਰ ਦੇ ਨਾਲ, ਕੋਈ ਡੀਵੀਆਰ ਦੇ ਨਾਲ ਇੱਕ ਵਾਈਫਾਈ ਦੀ ਇੱਕ ਮੋਡਮ ਦੀ ਵਾਇਰ ਹੁੰਦੀ ਹੈ ਜਿਹਦੇ ਨਾਲ ਅਟੈਚ ਹੁੰਦੀ ਹੈ। ਠੀਕ, ਡੀਵੀਆਰ ਇੱਕ ਚੀਜ਼ ਇਹ ਹੁੰਦੀ ਹੈ ਕਿ ਜਿਹੜਾ, ਹਾਂ, ਜਿਹੜਾ ਕਿ ਤੁਹਾਡੇ ਸਾਰੇ ਕੈਮਰੇ ਦੀ ਰਿਕਾਰਡਿੰਗ ਇਕੱਠੀ ਕਰਦਾ, ਉਹ 'ਚ ਰਿਕਾਰਡਿੰਗ ਸੇਵ ਵੀ ਰਹਿ ਜਾਂਦੀ ਹੈ, ਹੈ ਨਾ ਸਰ? ਜਿਹੜੀ ਰਿਕਾਰਡਿੰਗ ਹੈ ਤੁਸੀਂ ਸਰ ਕਿਤੇ ਵੀ ਬੈਠ ਕੇ, ਬਸ ਰਿਕਾਰਡਿੰਗ ਇੱਕ ਜਗ੍ਹਾ ਹੋਣੀ ਸਰ, ਅਤੇ ਇਹ ਤੁਸੀਂ ਆਲ ਓਵਰ ਵਰਲਡ ਜਿੱਥੇ ਮਰਜ਼ੀ ਬੈਠ ਕੇ ਦੇਖ ਸਕਦੇ ਹੋ ਵੀ ਤੁਹਾਡੀ ਸ਼ੋਪ 'ਤੇ ਕੌਣ ਆ ਰਿਹਾ, ਕੌਣ ਜਾ ਰਿਹਾ, ਕਿੰਨੇ ਵਜੇ ਦੀ ਕੀ ਐਕਟੀਵਿਟੀ ਹੋ ਰਹੀ ਹੈ। ਠੀਕ ਹੈ ਸਰ, ਤੁਸੀਂ ਕਿਹੜੀਆਂ ਕਿਹੜੀਆਂ ਕੰਪਨੀਆਂ ਨੂੰ ਡੀਲ ਕਰਦੇ ਹੋ? ਸਰ ਮੇਰੇ ਕੋਲ ਸਾਰੇ ਗੋਬਲਰ ਹੈ, ਹਿਕ ਵਿਜ਼ਨ ਹੈ, ਸੀਟੀ ਪਲੱਸ ਹੈ, ਪਰ ਅੱਜ ਕੱਲ੍ਹ ਜਿਹੜਾ ਲੇਟੈਸਟ ਚੱਲ ਰਿਹਾ ਹਿਕ ਵਿਜ਼ਨ ਚੱਲ ਰਿਹਾ ਜਿਹਦੀ ਕਿ ਰਨਿੰਗ ਡਿਮਾਂਡ ਹੈ। ਠੀਕ ਹੈ, ਮੈਂ ਤੁਹਾਨੂੰ ਡੱਬਾ ਦਿਖਾ ਦਿੰਦਾ ਫਿਰ ਉਹਦਾ, ਹਿਕ ਵਿਜ਼ਨ ਹੈ, ਇਹ ਦੇਖ ਲਓ, 1500 ਰੁਪਏ ਤੋਂ ਕੈਮਰਾ ਸਟਾਰਟ ਹੋ ਜਾਂਦਾ, ਅਤੇ ਇਹਦਾ DVR ਵੀ ਹੈ ਸਰ, DVR 4 ਵਾਲਾ, 8 ਵਾਲਾ, 4 ਚੈਨਲ, 8 ਚੈਨਲ, 16 ਚੈਨਲ, ਬਹੁਤ ਅੱਛਾ ਸਰ। ਠੀਕ ਹੈ, ਅਤੇ ਸਰ ਹੋਰ ਤੁਹਾਡੇ ਕੋਲ ਮਤਲਬ ਤੁਸੀਂ ਫਾਇਰ ਸਿਸਟਮ ਵੀ ਹੁੰਦੇ, ਸਿਲੰਡਰ ਵੀ ਹੁੰਦੇ ਆ, ਤਾਂ ਤੁਸੀਂ ਉਹਨਾਂ ਨੂੰ ਵੀ ਡੀਲ ਕਰਦੇ? ਹਾਂਜੀ, ਮਤਲਬ ਸਿਕਿਉਰਿਟੀ ਸਿਸਟਮ 'ਚ ਆਲ ਸਿਕਿਉਰਿਟੀ ਅਸੀਂ ਕਰਦੇ ਹਾਂ, ਕਰਦੇ ਹਾਂ। ਠੀਕ ਹੈ, ਮਤਲਬ ਤੁਸੀਂ ਵੱਡੇ ਸ਼ੋਰੂਮਾਂ 'ਚ, ਮੌਲਾਂ 'ਚ ਵੀ ਕਰ ਦਿੰਦੇ ਹਾਂ? ਹਾਂਜੀ ਹਾਂਜੀ, ਤੁਹਾਡੇ ਆਪਦੀ ਹੈਗੇ ਆ? ਹਾਂਜੀ ਹਾਂਜੀ, ਲੜਕੇ ਰੱਖੇ, ਲੜਕੇ ਰੱਖੇ, ਤੁਸੀਂ ਮਤਲਬ ਪੂਰਾ ਠੇਕਾ ਵੀ ਕਰ ਲੈਣਾ? ਹਾਂਜੀ, ਠੇਕੇ 'ਤੇ ਕਰ ਲੈਣੇ ਆ, ਠੇਕੇ 'ਤੇ ਕਰ ਲੈਣੇ। ਠੀਕ ਹੈ, ਇਹਨਾਂ ਕੋਲ ਤੁਸੀਂ ਮਤਲਬ ਦੇਖ ਸਕਦੇ ਹੋ ਕਾਫੀ ਕੁਆਂਟਿਟੀ 'ਚ ਕੈਮਰੇ ਵੀ ਪਏ ਹੋਏ ਨੇ, ਮਤਲਬ ਇਹ ਮਤਲਬ ਇਸ ਚੀਜ਼ ਨੂੰ ਵੀ ਡੀਲ ਕਰਦੇ ਨੇ। ਸਰ CCTV ਕੈਮਰਾ ਦੇਖੋ, ਇੱਕ ਵਾਰ ਬਜਟ ਜ਼ਰੂਰ ਲੱਗਦਾ ਤੁਹਾਨੂੰ, 15000, 20000, 25000 ਇੱਕ ਵਾਰ ਜ਼ਰੂਰ ਲੱਗ ਗਿਆ, ਪਰ ਤੁਹਾਨੂੰ ਸੇਫਟੀ ਬਹੁਤ ਹੈ। ਇਹ ਜਿਹੜੀ ਚੀਜ਼ ਆ ਅੱਜ ਕੱਲ੍ਹ ਬਹੁਤ ਜ਼ਿਆਦਾ ਮਤਲਬ ਟ੍ਰੈਂਡ ਦੇ ਵਿੱਚ ਵੀ ਕਹਿ ਸਕਦੇ ਹੋ, ਇਹਦੀ ਲੋੜ ਵੀ ਹੈਗੀ ਹੈ, ਕਿਉਂਕਿ ਤੁਸੀਂ ਘਰੋਂ ਬਾਹਰ ਹੁੰਦੇ ਹੋ, ਕਈ ਵਾਰੀ ਕੁਛ ਵੀ ਹੁੰਦੇ, ਮੈਨੂੰ ਬਹੁਤ ਮੈਸੇਜ ਆਏ ਸੀਗੇ ਕਿ ਤੁਸੀਂ ਇਹਦੇ ਰਿਲੇਟਿਡ ਵੀ ਕੋਈ ਵੀਡੀਓ ਪਾ ਦਿਓ, ਅਤੇ ਇਹ ਲੁਧਿਆਣੇ ਦੇ ਵਿੱਚ ਆ ਬੇਸਿਕਲੀ, ਬਟ ਇਹ ਕਿਤੇ ਵੀ ਡੀਲ ਕਰਦੇ ਨੇ, ਮਤਲਬ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਮੈਂ ਨੰਬਰ ਇਹਨਾਂ ਦਾ ਪਾਉਣਾ ਵੀਡੀਓ ਦੇ ਲਾਸਟ ਦੇ ਵਿੱਚ, ਇਹਨਾਂ ਕੋਲ ਹਰੇਕ ਤਰ੍ਹਾਂ ਦਾ ਕੈਮਰਾ ਮਿਲ ਜਾਂਦਾ ਹੈ, ਅਤੇ ਤੁਹਾਨੂੰ ਜਦੋਂ ਦਿਖਾਏ ਨੇ ਪਹਿਲਾਂ ਵੀਡੀਓ ਦੇ ਵਿੱਚ, ਅਤੇ ਹੋਰ ਵੀ ਇਹਨਾਂ ਕੋਲ ਇਨਫੋਰਮੇਸ਼ਨ ਥੋੜ੍ਹੀ ਜਿਹੀ ਲੈਣੀ। ਮਸ਼ੀਨ ਹੈ, ਤੁਸੀਂ ਮਨੀ ਕਾਊਂਟਿੰਗ ਮਸ਼ੀਨ ਵੀ ਰੱਖਦੇ ਹੋ? ਹਾਂਜੀ ਹਾਂਜੀ। ਠੀਕ ਹੈ, ਉਹ ਕਿੰਨੇ ਕੁ ਤੋਂ ਸਟਾਰਟ ਹੋ ਗਈ ਸਰ? ਉਹ ਹੋ ਜਾਂਦੀ ਹੈ 4000 ਤੋਂ ਸਟਾਰਟਿੰਗ ਹੈ, ਅਲੱਗ ਅਲੱਗ ਰੇਟ ਆਦਾ, 4000, 5000, 6000, 7000, ਜਿਵੇਂ ਇੰਟੈਕਸ ਵਗੈਰਾ ਦੀ ਹੁੰਦੀ ਹੈ, ਕੰਪਨੀ ਦੀ ਹੈ ਬ੍ਰਾਂਡਡ, 6 ਮਹੀਨੇ ਦੀ ਵਾਰੰਟੀ ਹੁੰਦੀ ਹੈ, ਇਹਦੇ ਜੇ ਇਨਕੇਸ ਕੁਛ ਹੁੰਦੀ ਹੈ, ਫਾਲਟ ਵੀ ਪੈਂਦਾ, ਤਾਂ ਇਹਦੇ ਸਪੇਅਰ ਪਾਰਟ ਅਵੇਲੇਬਲ ਹੋ ਜਾਂਦੇ ਆ। ਇਹਨਾਂ ਕੋਲ ਤੁਸੀਂ ਪਿੱਛੇ ਵੀ ਦੇਖ ਰਹੇ ਹੋ ਮੇਰੇ ਵੀ ਸਾਰੇ ਕੈਮਰੇ ਹਰੇਕ ਤਰ੍ਹਾਂ ਦੇ ਅਵੇਲੇਬਲ ਨੇ, ਅਤੇ ਮਤਲਬ ਛੋਟੇ ਵੱਡੇ ਕੈਮਰੇ, ਅਤੇ ਜਿਹੜੇ ਕਿ ਅੱਜ ਕੱਲ੍ਹ ਲੋੜ ਆ ਤੁਹਾਨੂੰ ਸਾਰਿਆਂ ਨੂੰ, ਹਾਂ, ਸਾਰਿਆਂ ਫੈਕਟਰੀਆਂ ਵਗੈਰਾ 'ਚ ਵੀ ਲੱਗਦੇ ਨੇ। ਸਰ ਇਹ ਕਿੰਨੇ ਘੰਟੇ 'ਚ ਤੁਸੀਂ ਇੰਸਟਾਲ ਕਰ ਦਿੰਦੇ ਹੋ ਕੈਮਰੇ? ਸਾਰੇ ਸੇਮ ਡੇ ਹੋ ਜਾਂਦਾ, 2-3 ਘੰਟੇ ਦਾ ਪ੍ਰੋਸੈਸ ਹੁੰਦਾ। ਠੀਕ ਹੈ ਜੀ, ਅਤੇ ਮਤਲਬ ਇੱਕੋ ਦਿਨ 'ਚ ਤੁਹਾਨੂੰ ਇੰਸਟਾਲ ਕਰਕੇ ਦੇ ਦਿੰਦੇ ਨੇ? ਕਦੀ ਬਾਹਰਲੀ ਇਨਕੁਆਇਰੀ ਆ ਗਈ ਜਲੰਧਰ, ਅੰਮ੍ਰਿਤਸਰ, ਫਗਵਾੜੇ ਦੀ, ਅਤੇ ਫਿਰ 24 ਘੰਟੇ ਦਾ ਟਾਈਮ ਲੈ ਕੇ ਚੱਲਦੇ ਹਾਂ, ਜਿਹਦੇ ਵਿੱਚ ਹੈ ਇਲੈਕਟ੍ਰੋਨਿਕ ਚੀਜ਼। ਦੇਖੋ, ਮੈਂ ਨਹੀਂ ਕਹਿੰਦਾ ਮੇਰੀ ਚੀਜ਼ ਖਰਾਬ ਨਹੀਂ ਹੋਏਗੀ, ਇਨਕੁਆਇਰੀ ਖਰਾਬ ਵੀ ਹੋ ਜਾਂਦੀ ਹੈ, ਪਰ ਅਸੀਂ 24 ਘੰਟੇ ਦਾ ਟਾਈਮ ਲੈ ਕੇ ਚੱਲਦੇ ਹਾਂ। ਹਾਂਜੀ ਵੀ ਦੋਸਤੋ, ਇਹ ਸੀਗਾ ਕੈਮਰੇ ਦੇ ਰਿਲੇਟਿਡ ਵਲੌਗ, ਅਤੇ ਕਿਵੇਂ ਦਾ ਲੱਗਿਆ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ, ਕੋਈ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਇੱਥੇ ਥੱਲੇ, ਅਤੇ ਬਾਕੀ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਮੈਨੂੰ ਮੇਰੀ ਈਮੇਲ ਆਈਡੀ 'ਤੇ ਮੈਸੇਜ ਵੀ ਕਰ ਸਕਦੇ ਹੋ, ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ ਦਿਆ_ਕਰਨ ਦੇ ਨਾਮ ਦੇ ਉੱਤੇ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ 'ਤੇ।